ਕੈਲੀਫੋਰਨੀਆ ਦੀ ਫਰੇਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਕਈ ਸਾਲਾਂ ਤੋਂ ਸਿੱਖ ਚੇਅਰ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਜਿਸ ਦੇ ਲਈ ਹੁਣ ਉੱਗੇ ਬਿਜ਼ਨਸਮੈਨ ਰਾਜ ਕਾਲੋਦਾਨਾ ਅੱਗੇ ਆਇਆ ਹੈ ਜਿਸ ਤੋਂ ਬਾਅਦ ਪਾਈਚਾਰੇ ਵੱਲੋਂ ਫਰੇਜ਼ਨੋ ਸਟੇਟ ਯੂਨੀਵਰਸਿਟੀ ਦੀ ਮਦਦ ਲਈ ਹੱਥ ਅੱਗੇ ਵਧਾਇਆ ਗਿਆ ਹੈ ਕੈਲੀਫੋਰਨੀਆ ਸੂਬੇ ਦੀ ਫਰੇਜ਼ਨੋ ਸਟੇਟ ਯੂਨੀਵਰਸਿਟੀ ਵਿਖੇ ਸਿੱਖ ਪੰਜਾਬੀ ਚੇਅਰ ਦੀ ਸਥਾਪਨਾ ਲਈ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ ਬੀਤੇ ਦਿਨ ਇਸੇ ਨੂੰ ਲੈ ਕੇ ਯੂਨੀਵਰਸਿਟੀ ਪ੍ਰਧਾਨ ਜੋਸਫ ਕਾਸਟਰੋ ਮਰਸਡ ਦੇ ਰਾਜਕਾਰ ਲੋ ਅਤੇ ਉੱਗੇ ਕਾਰ ਡੀਲਰ ਜਗਰੂਪ ਗਿੱਲ ਦਰਮਿਆਨ ਇੱਕ ਵਿਸ਼ੇਸ਼ ਬੈਠਕ ਹੋਈ ਹਮੇਸ਼ਾ ਮੰਗ ਇਸ ਬੈਠਕ ਦਾ ਮੁੱਦਾ ਵੀ ਇਹੋ ਸੀ ਕਿ ਯੂਨੀਵਰਸਿਟੀ ਵਿੱਚ ਸਿੱਖ ਪੰਜਾਬੀ ਚੇਅਰ ਕਿਵੇਂ ਜਲਦੀ ਤੋਂ ਜਲਦੀ ਸਥਾਪਿਤ ਕੀਤੀ ਜਾ ਸਕਦੀ ਹੈ ਜਦ ਸੰਯੋਗ ਹੈ ਕਿ ਇਸ ਚੇਅਰ ਦੀ ਸਥਾਪਨਾ ਲਈ ਪਹਿਲ ਕਦਮੀ ਕਰਦੇ ਹੋਏ ਮਰਸਿਡ ਦੇ ਉੱਗੇ ਵਪਾਰੀ ਰਾਜਕਾਲੋ ਨੇ ਯੂਨੀਵਰਸਿਟੀ ਨੂੰ 1 ਮਿਲੀਅਨ ਡਾਲਰ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਸੀ ਅਤੇ ਹੁਣ ਰਾਜਕਾਲੋ ਦੇ ਨਾਲ ਉੱਗੇ ਕਾਰ ਡੀਲਰ ਜਗਰੂਪ ਗਿੱਲ ਅਤੇ ਹੋਰ ਪੰਜਾਬੀ ਭਾਈਚਾਰੇ ਦੇ ਲੋਕ ਵੀ ਜੁੜ ਗਏ ਨੇ ਅਤੇ ਉਹਨਾਂ ਨੇ ਵੀ ਇਸ ਚੇਅਰ ਦੀ ਸਥਾਪਨਾ ਲਈ ਮਾਲੀ ਮਦਦ ਦੇਣ ਦਾ ਹੰਗਾਰਾ ਪਰਿਆ ਹੈ। I'm I'm excited to share that uh, our Sikh Punjabi Studies program is uh, gaining more support here in Fresno State. And I'm excited that uh, Mr. Jay Gill, who's a distinguished alumnus of Fresno State, has stepped forward um, along with Raj Collin and others to uh, make this happen. And I'm particularly proud of what Jay has done um, with his Fresno State degree. He's been very successful, and I appreciate his willingness to give back and support our students and faculty and the community with this exciting program. बैठक मौके फ्रेज़नो स्टेट यूनिवर्सिटी दे प्रधान ने पंजाबी भाईचारे दे और लोकां नु अपील कीती कि की ओ भी सिख पंजाबी चेयर दी स्थापना ਲਈ ਅੱਗੇ ਵਧਨ ਤਾਂ ਕਿ ਜਲਦੀ ਤੋਂ ਜਲਦੀ ਇਸ ਦੀ ਸਥਾਪਨਾ ਕੀਤੀ ਜਾ ਸਕੇ यस आईड लाइक टू इनवाइट द कम्युनिटी टू गेट इन्वॉल्व्ड इन दिस ਐਕਸਾਈਟਿੰਗ ਪ੍ਰੋਗਰਾਮ ਇਟਸ ਗੋਇੰਗ ਟੂ ਬੀ ਮਲਟੀਫੈਸਟਿਡ ਸੋ ਦੇ ਵਿਲ ਬੀ ਫੈਕਲਟੀ ਮੈਂਬਰ देयर विल बी ਪ੍ਰੋਗਰਾਮਸ ਫॉर ਸਟੂਡੈਂਟਸ ਦੇ ਵਿਲ ਬੀ ਪ੍ਰੋਗਰਾਮਸ ਫॉर द कम्युनिटी and it will uh, require all of us to work together and i invite members of the sikh punjabi community to get involved in this effort and, and join jay and raj and others in supporting us ਪਰ ਸਿੱਖ ਅਤੇ ਪੰਜਾਬੀ ਚੇਅਰ ਦਾ ਪ੍ਰਸਾਰਤ ਤਾਂ ਤਾਂ ਹੀ ਸੰਭਵ ਹੋਵੇਗਾ ਜਦ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਇਸ ਨਾਲ ਸਾਂਝੇ ਤੌਰ ਤੇ ਜੁੜਨਗੇ ਅਤੇ ਵੱਧ ਚੜ ਕੇ ਆਪਣਾ ਸਹਿਯੋਗ ਦੇਣਗੇ ਕੁਮਾਰ ਸੰਜੀਪ ਪੀਟੀਸੀ ਨਿਊਜ਼ ਫਰੇਜ਼ਨੋ ਕੈਲੀਫੋਰਨੀਆ